ਵੈਲਕਮ ਦੋਸਤੋ, ਕੀ ਹਾਲ ਚਾਲ ਨੇ ਜਨਾਬ? ਤੁਸੀਂ ਵੇਖਦੇ ਪਏ ਅਰਸ਼ਦ ਅਲੀ ਟੀਵੀ ਅਤੇ ਮੈਂ ਤੁਹਾਡਾ ਮੇਜ਼ਬਾਨ ਅਰਸ਼ਦ ਅਲੀ ਜੋਈਆ। ਅਤੇ ਜਿਵੇਂ ਕਿ ਜਨਾਬ ਤੁਹਾਨੂੰ ਪਤਾ ਹੈ ਕਿ ਮੈਂ ਹਰ ਰੋਜ਼ ਜਨਾਬ ਕੋਸ਼ਿਸ਼ ਕਰਨਾ ਕਿ ਤੁਹਾਡੇ ਵਾਸਤੇ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਆਵਾਂ। ਅਤੇ ਅੱਜ ਵੀ ਜਨਾਬ ਮੈਂ ਲੈ ਕੇ ਆਇਆ ਆਹ ਗਾਂ ਜਨਾਬ, ਜਿਹੜੀ ਮੇਰੇ ਅੱਗੇ ਖੜੋਤੀ ਹੈ, ਫਾਰਮ 'ਚ ਖੜੋਤੀ ਹੈ ਗਾਂ ਜਨਾਬ। ਇਸ ਗਾਂ ਦਾ ਕੀ ਹਿਸਾਬ ਕਿਤਾਬ ਹੈ ਇਹ ਮੈਂ ਕਰ ਲਵਾਂਗਾ ਜਨਾਬ ਮਾਲਕ ਨਾਲ ਗੱਲਾਂ। ਅਤੇ ਕੈਮਰਾਮੈਨ ਸਾਹਿਬ, ਇਸ ਗਾਂ ਦੀ ਜਨਾਬ ਤਸੱਲੀ ਕਰਾਵਣੀ ਜੇ, ਅਤੇ ਮੈਂ ਆਪਣਾ ਦੁੱਧ ਦਾ ਹਿਸਾਬ ਕਿਤਾਬ ਰਿਕਾਰਡ ਪੁੱਛਣਾ ਮਾਲਕ ਤੋਂ। ਅਤੇ ਇਸ ਗਾਂ ਦਾ ਜਨਾਬ ਜੋ ਵੀ ਡਿਟੇਲ ਹੈ ਉਹ ਮਾਲਕ ਤੋਂ ਪੁੱਛਦੇ ਦਿਆਂਗਾ। ਅਤੇ ਲੈਣੇ ਦੇਣੇ ਜਨਾਬ ਮੁਕੱਦਰ ਨੇ, ਅਤੇ ਇਹਨੂੰ ਵਿਖਾਓ ਜੀ। ਸਲਾਮ ਅਲੈਕਮ ਜੀ। ਜੀ ਵਾਲੇਕਮ ਸਲਾਮ। ਇਹ ਭਾਅ ਜੀ ਨਾਂ ਦੱਸਣਾ? ਮਕਸੂਦ ਜੀ ਮੇਰਾ ਨਾਮ। ਅੱਛਾ ਭਾਈ ਮਕਸੂਦ ਆ, ਜਿਹੜੀ ਗਾਂ ਤੁਹਾਡੀ ਫਾਰਮ ਵਾਲੀ ਹੈ, ਤੁਸੀਂ ਦੱਸਣਾ ਵੀ ਇਹ ਗਾਂ ਗੱਭਣ ਹੈ ਜਾਂ ਫੰਡਰ ਹੈ? ਗੱਭਣ ਹੈ ਜੀ। ਅੱਛਾ ਇਹ ਗੱਭਣ ਹੈ, ਅਤੇ ਕਿੰਨੇ ਮਹੀਨਿਆਂ ਦੀ ਗੱਭਣ? ਇਹ ਜੀ 2.5 ਤੋਂ 3 ਮਹੀਨੇ ਦੀ ਗੱਭਣ ਹੈ। ਠੀਕ ਹੋ ਗਿਆ। ਇਹ ਕਰਵਾਈ ਸੀ ਜਾਂ ਬੀਰ ਖਾਇਆ? ਬੀਰ ਖਾਇਆ, ਬੜਾ ਇੰਪੋਰਟੈਂਟ ਬੀ। ਕਿਹੜਾ ਰਖਾਇਆ ਬੀ? ਫਰੀਜ਼ਨ ਕ੍ਰਾਸ। ਅਤੇ ਇਹ ਵੱਛੀ ਵਾਲਾ ਰੱਖ ਗਏ ਨੇ ਜਾਂ ਵੱਛਾ ਉਹਨਾਂ ਦਾ? ਵੱਛੀ ਵਾਲਾ, ਵੱਛੀ ਵਾਲਾ। ਅੱਛਾ, ਉਹਨਾਂ ਕਿਹਾ ਸੀ ਕਿ ਵੱਛੀ ਵਾਲਾ ਬੀ ਰੱਖਦੇ ਪਏ ਹਾਂ ਅਤੇ ਫਰੀਜ਼ਨ ਕ੍ਰਾਸ ਹੈ। ਅਤੇ ਇਸ ਗਾਂ ਦੀ ਜਿਹੜੀ ਕੋਈ ਨਸਲ ਬਾਰੇ ਕੋਈ ਮਾੜਾ ਮੋਟਾ ਦੱਸ ਸਕਦੇ? ਕਿਉਂਕਿ ਜਿਹੜੇ ਬੀ ਅਸੀਂ ਰਖਾਉਣੇ ਆ ਨਾ, ਸਾਨੂੰ ਇਸ ਗੱਲ ਦੀ ਤਸੱਲੀ ਹੁੰਦੀ ਹੈ ਕਿ ਸਾਡਾ ਡੰਗਰ ਨਸਲ ਦਾ ਨਸਲ ਆ ਰਿਹਾ ਅਤੇ ਵੱਛੀਆਂ ਦਿੰਦਾ ਹੈ। ਉਹਦੇ 'ਚ ਅਸੀਂ ਬੀ ਆਪਣਾ ਛੋਟੀ ਵਾਲਾ ਵੱਛੀ ਵਾਲਾ ਰਖਾਉਣੇ ਹੈ ਤਾਂ ਕਿ ਇਹਦੀ ਜਿਹੜੀ ਮਾਂ ਸੀ ਉਹ ਵੀ ਬਹੁਤ ਅੱਛੀ ਕੁਆਲਿਟੀ ਦੀ ਸੀ, ਅਗਾਂ ਇਹ ਉਹਦੇ 'ਚ ਬੀ ਰਖਾਇਆ, ਇਹ ਵੀ ਬਹੁਤ ਅੱਛੀ ਹੋਈ, ਦੁੱਧ ਨੂੰ ਵੀ 16-17 ਲੀਟਰ ਦੇ ਰਹੀ ਹੈ 24 ਘੰਟੇ 'ਚ। ਅਤੇ ਇਹਦੇ 'ਚ ਵੀ ਅਸੀਂ ਵੱਛੀ ਦਾ ਕੱਦ ਰਖਾਇਆ ਅਤੇ ਇਨਸ਼ਾਅੱਲਾ ਇਹ ਪਾਸ ਹੈ। 16-17 ਲੀਟਰ ਤੁਹਾਨੂੰ ਦੁੱਧ ਚੁਆ ਅਤੇ ਪਾਸ ਕਰਾਵਾਂਗੇ, ਥਣ ਵਾਨਾ ਪਾਸ ਕਰਾਵਾਂਗੇ। ਠੀਕ ਹੋ ਗਿਆ। ਅਤੇ ਇਹ ਗਾਂ ਦੇ ਆਪਣਾ ਤੁਸੀਂ ਇਹ ਦੱਸਣਾ ਵੀ ਸਾਨੂੰ ਇਹ ਮਸ਼ੀਨ 'ਚ ਚੋ ਕੇ ਵਿਖਾਓਗੇ ਜਾਂ ਹੱਥਾਂ 'ਤੇ? ਜਿਵੇਂ ਤੁਹਾਨੂੰ ਮੁਨਾਸਿਬ ਲੱਗੇ ਮਸ਼ੀਨ 'ਤੇ ਆਖੋ, ਅਤੇ ਫਾਰਮ ਦੀ ਗਾਂ ਹੈ, ਥਣ 'ਚ ਫੁਹਾਰਾ ਕੋ ਨਹੀਂ ਹੈਗਾ, ਜੇ ਤੁਸੀਂ ਚਾਹੋ ਤਾਂ ਅਸੀਂ ਤੁਹਾਨੂੰ ਹੱਥਾਂ ਨਾਲ ਚੋ ਕੇ ਵਿਖਾਉਣੇ ਹੈ। ਯਾਨੀ ਕਿ ਆਪਾਂ ਜੇ ਹੱਥਾਂ ਨਾਲ ਫੁਹਾਰਾ ਦਿੰਦੇ ਥਣ ਚੈੱਕ ਕਰ ਲਈਏ ਤਾਂ ਬਾਅਦ 'ਚ ਭਾਵੇਂ ਤੁਸੀਂ ਅੱਜ ਮਸ਼ੀਨ 'ਚ ਚੋ ਲਓ, ਦੁੱਧ ਉਹਨਾਂ ਹੀ ਕਰੇਗੀ? ਜੀ, ਉਹਨਾਂ ਹੀ ਕਰੇਗੀ, ਕੋਈ ਟੈਨਸ਼ਨ ਨਹੀਂ। ਜਿਵੇਂ ਤੁਹਾਡਾ ਦਿਲ ਕਰੇ ਤੁਸੀਂ ਪਾਸ ਕਰ ਲਓ, ਗਾਂ 'ਚ ਕੋਈ ਫਾਲਟ ਨਹੀਂ। ਠੀਕ ਹੋ ਗਿਆ। ਇਹ ਗਾਂ ਜਿਹੜੀ ਕਿਸ ਕਰਾਸ ਹੈ? ਫਰੀਜ਼ਨ ਕ੍ਰਾਸ ਹੈ ਜੀ। ਅੱਛਾ, ਇਹ ਫਰੀਜ਼ਨ ਕ੍ਰਾਸ ਹੈ, ਇੰਪੋਰਟਡ ਤੁਸੀਂ ਕਹਿ ਰਹੇ ਜੀ ਗਾਂ ਇਹ। ਅਤੇ ਇਹ ਜਦੋਂ ਤਾਜ਼ੀ ਸੂਈ ਸੀ ਉਦੋਂ ਕਿੰਨਾ ਦੁੱਧ ਕਰਦੀ ਪਈ ਸੀ ਇਹਦਾ? ਜੀ ਬੋਲਾ ਤਾਂ ਹੋਇਆ ਸੀ 14-13 ਲੀਟਰ ਅਤੇ 14-15-18-17। ਇਹ ਜੀ ਖੁਰਾਕ 'ਤੇ ਡਿਪੈਂਡ ਕਰਦਾ, ਜਿੰਨੀ ਖੁਰਾਕ ਪਾਸ ਹੋ ਉਹਨਾਂ ਜਾਨਵਰ ਦੁੱਧ ਤੁਹਾਨੂੰ ਜ਼ਿਆਦਾ ਦੇਵੇਗਾ। ਠੀਕ ਹੋ ਗਿਆ। ਯਾਨੀ ਕਿ ਤੁਸੀਂ ਜਿਹੜੇ ਫਾਰਮ 'ਚ ਇਹਨੂੰ ਪਾ ਰਹੇ ਜੀ, ਇਹਨਾਂ ਨੂੰ ਕੀ ਪਾ ਰਹੇ? ਅਸੀਂ ਤਾਂ ਜੀ ਕਿਲੋ ਵੰਡਾ ਸੁਬਾਹ ਅਤੇ ਕਿਲੋ ਸ਼ਾਮ ਪਾ ਰਹੇ ਅਤੇ ਤੂੜੀ ਅਤੇ ਬਰਸੇਮ ਪਾ ਰਹੇ, ਸਾਡੀ ਕੋਈ ਐਡੀ ਕੋਈ ਇੰਪੋਰਟਡ ਖੁਰਾਕ ਨਹੀਂ ਹੈਗੀ। ਸਹੀ, ਕਿਉਂਕਿ ਦੋ ਗੱਲਾਂ ਸਾਡੇ ਸਾਹਮਣੇ ਆਈਆਂ ਨੇ, ਅੱਗੇ ਦੋ ਗਾਵਾਂ ਸੇਲ ਕੀਤੀਆਂ ਨੇ ਸਾਡੇ ਕੋਲ, 18-18 ਲੀਟਰ ਲੈ ਗਏ ਨੇ ਅਤੇ ਅਗਾਂ 24 ਲੀਟਰ ਲੈਂਦੇ ਪਏ ਨੇ। ਅਤੇ ਮਾਲਕ ਨੇ ਫੋਨ ਕੀਤਾ, ਉਹਨੇ ਕੀਤਾ ਜੀ ਇਹ ਕੀ ਰੋਲਾ ਹੈ? ਮੈਂ ਕਿਹਾ ਜੀ ਖੁਰਾਕ 'ਤੇ ਡਿਪੈਂਡ ਕਰਦਾ, ਉਹਨਾਂ ਦੀ ਖੁਰਾਕ ਅੱਛੀ ਸੀ ਅਤੇ ਉਹ ਦੁੱਧ ਉੱਥੇ ਆ ਗਈਆਂ ਨੇ ਜੀ। ਸਹੀ। ਅਤੇ ਇਹ ਯਾਨੀ ਕਿ ਤੁਸੀਂ ਕਹਿੰਦੇ ਜੇ ਵੀ ਜੇ ਅਗਰ ਇਹਨਾਂ ਨੂੰ ਖੁਰਾਕ ਪਾਈ ਜਾਵੇ ਤਾਂ ਇਹ ਹੀ ਗਾਂ ਜਿਹੜੀ ਹੁਣ ਮੌਕੇ 'ਤੇ ਕਿੰਨਾ ਦੁੱਧ ਤੁਸੀਂ ਦੱਸਿਆ? ਇਹ ਮੌਕੇ 'ਤੇ ਅਸੀਂ ਦੋਨੋਂ 16-17 ਲੀਟਰ ਦੇਵਾਂਗੇ ਅਤੇ ਜੇ ਅਗਰ ਇਹਦਾ ਖਿਆਲ ਕੀਤਾ ਜਾਵੇ, ਖੁਰਾਕ ਦਾ ਇਹਦਾ ਖਿਆਲ ਕੀਤਾ ਜਾਵੇ ਤਾਂ ਇਹ 20 ਤੋਂ ਉੱਤੇ ਜਾਵੇਗੀ ਜੀ। ਠੀਕ ਹੋ ਗਿਆ। ਅਤੇ ਇਹ ਗਾਂ ਸੁਬਾਹ ਕਿੰਨਵਾਂ ਹੁਣ ਸੋਵੇਗੀ ਜਿਹੜਾ ਤੀਸਰਾ ਮਹੀਨਾ ਇਹਨੂੰ ਗੱਭਣ ਦਾ? ਦੂਜਾ ਪੱਕਾ, ਦੂਜਾ ਸੋਵੇ? ਪੱਕਾ ਪੱਕਾ। ਠੀਕ ਹੋ ਗਿਆ ਜੀ। ਅਤੇ ਇਹ ਹੁਣ ਸਾਨੂੰ ਗਾਂ ਪਾਸ ਕਰਾ ਦਿਓ ਅਤੇ ਬਾਕੀ ਤੁਸੀਂ ਮਸ਼ੀਨ 'ਚ ਚੋਲੋ ਅਤੇ ਉਹ ਪਤਾ ਲੱਗ ਜਾਏਗਾ ਵੀ ਇੰਨਾ ਦੁੱਧ ਹੋ ਗਿਆ ਮਸ਼ੀਨ? ਪਤਾ ਲੱਗ ਜਾਵੇਗਾ ਨਾਲੀਆਂ 'ਚ ਦੁੱਧ ਬਾਹਰ ਜਾਵੇਗਾ, ਉਹ ਤਾਂ ਤੁਸੀਂ ਆਪਦਾ ਕੈਮਰਾ ਲਾਓ, ਦੁੱਧ ਬਾਹਰ ਆ ਜਾਏਗਾ, ਮਈਰ ਨਾਲ ਮਿਲ ਲੈਂਦੇ ਜੇ ਹੱਥਾਂ ਨਾਲ ਤੁਸੀਂ ਚੁਆਉਣਾ ਤਾਂ ਤੁਹਾਨੂੰ ਹੱਥਾਂ ਨਾਲ ਚੋਕ ਦੇਣੇ ਅਤੇ ਸਾਹਮਣੇ ਤੁਹਾਡੇ ਨਹੀਂ। ਅਤੇ ਜੇ ਇਹਨਾਂ ਪੈਂਪਾਂ 'ਚ ਤੁਸੀਂ ਪਹਿਲਾਂ ਹੀ ਦੁੱਧ ਠੱਲਿਆ ਤਾਂ ਸਾਨੂੰ ਕੀ ਪਤਾ ਜੀ ਪੈਂਪਾਂ 'ਚ ਦੁੱਧ ਕਿਦੋਂ ਆ ਗਿਆ? ਪੈਂਪਾਂ ਜਿਵੇਂ ਕਿਵੇਂ ਸਾਰਾ ਦਿਨ ਖੋਵੇ ਪੈਂਪ, ਅਸੀਂ ਤੁਹਾਨੂੰ ਖੋਲ੍ਹ ਕੇ ਵਿਖਾ ਦਿੰਦੇ, ਕੋਈ ਟੈਨਸ਼ਨ ਨਹੀਂ ਹੈਗੀ। ਪੈਂਪਾਂ 'ਚ ਕਿਦੋਂ ਆ ਗਿਆ? ਚਲੋ ਚੋਵੋ ਫਿਰ ਇਹਨੂੰ, ਅਤੇ ਇਹਨੂੰ ਪਹਿਲੇ ਸਾਨੂੰ ਪਾਸ ਕਰਾਓ ਅਤੇ ਮੁੜ ਜਨਾਬ ਤੁਸੀਂ ਭਾਵੇਂ ਆਪਦੀ ਮਸ਼ੀਨ 'ਚ ਚੋਲਿਆ ਜਾਂ ਆਪਾਂ ਦੁੱਧ ਆੜ ਲਾਂਗੇ ਇਹਦਾ। ਚਲੋ ਜੀ। ਅਤੇ ਇਹ ਆਪਣਾ ਭਾਈ, ਇਹਦੇ ਪੈਸੇ ਆਪਣੇ ਨਹੀਂ ਤੁਸੀਂ ਦੱਸੇ, ਬਾਕੀ ਤਾਂ ਇਹਦੀ ਤੁਸੀਂ ਸਾਰੀ ਸਾਨੂੰ ਡਿਟੇਲ ਦੱਸ ਛੱਡੀਏ ਵੀ ਇਹ ਭਾਅ ਜੀ ਇੰਨੇ ਦੀ ਹੈ। ਇਹ ਇਹਦੇ ਪੈਸੇ ਫਾਈਨਲ ਜੇ ਗੱਲ ਕਰਨੀ ਜੇ? ਫਾਈਨਲ ਜੇ ਪੈਸੇ ਜੀ 2,40,000। ਅੱਛਾ, 2,40,000। ਅਤੇ ਇਹਦੇ ਵਿੱਚ ਕੋਈ ਮਾੜਾ ਮੋਟਾ ਪਿਆਰ ਮੁਹੱਬਤ ਕਰਾਂਗੇ ਇਨਸ਼ਾਅੱਲਾ, ਕਿਉਂ ਨਹੀਂ? ਚਲੋ ਠੀਕ ਹੈ ਜੀ। ਆਹ ਕੈਮਰਾਮੈਨ ਸਾਹਿਬ ਗਾਂ ਪਾਸ ਕਰਾ ਲਓ ਜੀ, ਇਹਦੇ 'ਚ ਕੋਈ ਛੱਟਾ ਦਾ ਕੋਈ ਫੁਹਾਰਾ ਕੋਈ ਲੈਣੀ ਕੋਈ ਦੇਣੀ ਅਤੇ ਉਹ ਹੁਣੇ ਪਤਾ ਲੱਗ ਜਾਏਗਾ ਜਨਾਬ। ਬਾਕੀ ਲੈਣੇ ਦੇਣੇ ਮੁਕੱਦਰ ਨੇ ਜਨਾਬ, ਉਹ ਪਰਲੀ ਸਾਈਡ 'ਤੇ ਜਾ ਕੇ ਨਾ ਅਤੇ ਥਣ ਚੈੱਕ ਕਰ। ਆਹ ਜੀ ਇਕੱਲੇ ਇਕੱਲਾ ਥਣ ਗਿਣ ਕੇ ਦੱਸੀ ਜਾਇਆ ਜੇ ਵੀ ਆਹ 1 ਨੰਬਰ ਆ, 2 ਨੰਬਰ ਆ, 3 ਨੰਬਰ ਇਹ ਤੁਹਾਡਾ ਥਣ ਨੰਬਰ 1 ਹੋ ਗਿਆ। ਹੁਣ ਦੂਸਰੇ ਥਣ ਨੂੰ ਹੱਥ ਪਾਓ ਜੀ। ਆਹ 2, ਠੀਕ ਹੋ ਗਿਆ। 3-3, 4-4 ਧਾਰਾਂ ਕੱਢ ਦਿਓ। ਇਹ 3 ਨੰਬਰ ਜੀ, ਠੀਕ ਹੋ ਗਿਆ ਜੀ। ਇਹ 4 ਨੰਬਰ। ਚਲੋ ਜੀ, ਹੁਣ ਅਗਰ ਤੁਸੀਂ ਇਵੇਂ ਚੋਣੀ ਤਾਂ ਇਵੇਂ ਚੋ ਸਕਦੇ, ਜੇ ਮਸ਼ੀਨ ਲਾਉਣੀ ਹੈ ਤਾਂ ਆਪਦੀ ਮਸ਼ੀਨ ਲਾ ਸਕਦੇ ਜੀ। ਚੈੱਕ ਕਰਾ ਦਿਓ ਜੀ, ਲਾਓ ਜੀ ਮਸ਼ੀਨ ਲਾਓ। ਥਾਣੇ ਦੇ ਜਨਾਬ ਪਾਸ ਨੇ, ਕੋਈ ਛੱਟਾ ਨਹੀਂ ਹੈ, ਕੋਈ ਫੁਹਾਰਾ ਨਹੀਂ ਹੈ ਜਨਾਬ। ਬਾਕੀ ਜਿਹੜਾ ਦੁੱਧ ਦੇ ਮਾਲਕ ਕਹਿੰਦੇ ਨੇ ਜਨਾਬ ਮਸ਼ੀਨ ਖੋਲ੍ਹ ਕੇ ਵਿਖਾ ਸਕਦੇ ਹਾਂ ਇਹਨਾਂ 'ਚ ਪੈਪਾਂ 'ਚ ਅਗਰ ਦੁੱਧ ਦੇ, ਅਸੀਂ ਤਾਂ ਵੀ ਦੇਣੇਦਾਰ ਹਾਂ ਜਨਾਬ। 2,40,000 ਰੁਪਈਆ ਇਹ ਜਨਾਬ ਤੀਸਰਾ ਸੁਬਹ
ਇਹ ਦੂਸਰਾ ਸੂਆ ਸੂਏਗੀ ਜੀ, ਅਤੇ 3 ਮਹੀਨਿਆਂ ਦਾ ਜਨਾਬ ਇਹਨੂੰ ਟੀਕਾ ਲੱਗਾ ਹੋਇਆ, ਅਤੇ ਉਹ ਕੈਮਰਾਮੈਨ ਸਾਹਿਬ ਉੱਧਰ ਜਾ ਕੇ ਨਾ ਅਤੇ ਮਸ਼ੀਨਾਂ ਚੈੱਕ ਕਰ ਲਵੋ ਵਿੱਚ ਦੁੱਧ ਨਾ ਹੋਵੇ। ਅੱਛਾ ਇੱਧਰ ਦੁੱਧ ਆਏਗਾ, ਠੀਕ ਹੋ ਗਿਆ ਜੀ, ਬਸ ਠੀਕ ਹੋ ਗਿਆ ਜੀ। ਅਤੇ ਇੱਥੇ ਅਸੀਂ ਇੱਥੇ ਖਲੋਣਾ, ਤੁਸੀਂ ਉੱਧਰ ਮਸ਼ੀਨ ਲਾਉਣੀ ਹੈ, ਕੋਈ ਮਸਲਾ ਨਹੀਂ। ਇਹ ਹੁਣ ਵਾਲ ਖੁੱਲ੍ਹਾ ਹੋਇਆ ਇਹਦਾ? ਨਹੀਂ, ਉੱਧਰ ਬੰਦ ਕਰਾਂਗੇ ਤਾਂ ਦੁੱਧ ਆਵੇਗਾ, ਜਦੋਂ ਦੁੱਧ ਆਵੇਗਾ ਆਪਾਂ ਇੱਥੇ ਆਵਾਂਗੇ। ਅੱਛਾ ਜੀ, ਚਲੋ ਠੀਕ ਹੈ ਜੀ। ਇਹ ਯਾਨੀ ਕਿ ਤੁਸੀਂ ਸਾਨੂੰ ਮਸ਼ੀਨ ਵਿਖਾਈਏ ਵੀ ਖਾਲੀ ਖਾਲੀ, ਠੀਕ ਹੋ ਗਿਆ। ਉੱਧਰ ਵਿਖਾਓ ਜੀ ਕੈਮਰਾਮੈਨ ਸਾਹਿਬ। ਇਹ ਜਨਾਬ ਮਸ਼ੀਨ ਚੱਲ ਗਈ ਹੈ, ਇਹ ਹੁਣੇ ਜਨਾਬ ਆਪਾਂ ਚੋ ਕੱਢਦੇ ਹਾਂ ਇਹਨੂੰ। ਇਹਦਾ ਜਨਾਬ ਜਿੰਨਾ ਵੀ ਟੋਟਲ ਦੁੱਧ ਹੋਇਆ ਉਹ ਆਪਣੇ ਸਾਹਮਣੇ ਆ ਜਾਏਗਾ। ਇਹ ਕਿੰਨੀ ਦੇਰ 'ਚ ਮਸ਼ੀਨ ਚੋ ਦੇਗੀ? ਬਸ 5-6 ਮਿੰਟ 'ਚ ਸਾਰਾ ਦੁੱਧ ਖਿੱਚ ਲਵੇਗੀ। ਠੀਕ ਹੋ ਗਿਆ, ਯਾਨੀ ਕਿ 5-7 ਮਿੰਟਾਂ 'ਚ ਤੁਸੀਂ ਕਹਿੰਦੇ ਜੇ ਮਸ਼ੀਨ ਦੁੱਧ ਖਿੱਚ ਲੈ ਗਈ? ਹਾਂਜੀ ਇਨਸ਼ਾਅੱਲਾ। ਇਹਨੂੰ ਹੱਥਾਂ 'ਤੇ ਵੀ ਚੋ ਸਕਦੇ? ਹਾਂਜੀ ਚੋ ਸਕਦੇ, ਕਿਉਂ ਨਹੀਂ। ਇਹਦੇ ਮਗਰ ਬੱਚਾ ਕੋਈ ਨਹੀਂ ਹੈ? ਇਹਦਾ ਬੱਚਾ ਕੋਈ। ਇਹਨੂੰ ਚੋਣ ਦਾ ਤਰੀਕਾ ਕੀ, ਯਾਨੀ ਵੈਲਫੇਅਰ ਦੇ ਘਰ ਵਿੱਚ ਲਈ ਜਾਵੇ ਅਤੇ ਇਹਨੂੰ ਕਿਵੇਂ ਚੋਵਾਂਗੇ? ਜੀ ਘਰ ਵਿੱਚ ਅਗਰ ਤੁਸੀਂ ਰੱਖਣ ਵਾਸਤੇ ਲੈਣੀ ਹੈ ਨਾ, ਤਾਂ ਇਹਦੇ ਅੱਗੇ ਤੁਸੀਂ ਥੋੜ੍ਹਾ ਜਿਹਾ ਕੁਤਰਾ ਪਾਓ, ਚਾਰਾ ਪਾਓ, ਅਤੇ ਵੰਡਾ ਪਾਓ, ਚੋਕਰ ਪਾਓ, ਖਲ ਪਾਓ, ਜੋ ਇਹਦਾ ਦਿਲ ਕਰੇ ਇਹਨੂੰ ਪਾਓ, ਇਹ ਖਾਵੇਗੀ। ਇਹ ਪਸਮ ਪੈ ਗਈ? ਇਹ ਜੀ ਪਸਮ ਆਵੇਗੀ, ਤੁਸੀਂ ਆਰਾਮ ਨਾਲ ਉਹਨਾਂ ਦਾ ਜੋੜੂ ਗੱਤੋ ਤੇ ਹੇਠ ਬਹਿ ਜਾਓ ਅਤੇ ਚੋ ਲਓ। ਠੀਕ ਹੋ ਗਿਆ ਜੀ, ਯਾਨੀ ਕਿ ਘਰ ਵਾਲੇ ਵੀ ਲੈ ਸਕਦੇ ਨੇ, ਫਾਰਮਾਂ ਵਾਲੇ ਵੀ ਲੈ ਸਕਦੇ ਨੇ, ਅਤੇ ਇਹ ਜਿਵੇਂ ਮਰਜ਼ੀ ਚੋ ਸਕਦੇ। ਇਹ ਇੱਕ ਐਸੀ ਗਾਂ ਦੀ ਨਸਲ ਹੈ, ਇਹ ਬਹੁਤ ਬਿਹਤਰੀਨ ਹੈ, ਇਹਨੂੰ ਜਨਾਬ ਭਾਵੇਂ ਬੱਚੇ ਚੋਈ ਰੱਖਣ ਕੋਈ ਪਰਵਾਹ ਨਹੀਂ, ਪੋਲੀ ਧਾਰਾਂ ਬਿਹਤਰੀਨ ਧਾਰਾਂ ਨੇ। ਠੀਕ ਹੋ ਗਿਆ ਜੀ, ਚਲੋ ਜੀ ਕੈਮਰਾਮੈਨ ਸਾਹਿਬ ਵਿਖਾਓ ਜੀ। ਅੱਛਾ ਇਸ ਫਾਰਮ ਦੇ ਵਿੱਚ ਕੋਈ ਹੋਰ ਗਾਵਾਂ ਵੀ ਲੱਭ ਜਾਣਗੀਆਂ? ਜੀ ਗਾਵਾਂ ਕੋਈ ਹੈ ਤਾਂ ਸਹੀ, 1-2, ਬਾਕੀ ਗੱਲ ਕਰਨੇ ਆ ਨਾ ਸੁਪਰਵਾਈਜ਼ਰ ਨਾਲ ਕਰਨੇ ਜਾਂ ਮਾਲਕ ਨਾਲ। ਗਾਵਾਂ ਤਾਂ ਕੋਈ ਸੇਲ ਕਰਦੇ ਵੀ ਹੈ, ਲਿਆਉਂਦੇ ਵੀ ਨੇ, ਇਹ ਤਾਂ ਜੀ ਸਿਲਸਿਲਾ ਚੱਲਿਆ ਹੀ ਰਹਿਣਾ। ਠੀਕ ਹੋ ਗਿਆ ਜੀ, ਯਾਨੀ ਕਿ ਤੁਸੀਂ ਕਹਿੰਦੇ ਪਏ ਜੇ ਵੀ ਅਸੀਂ ਤੁਹਾਨੂੰ ਮਜ਼ੀਦ ਸ਼ਾਮ ਤੱਕ ਦੱਸਾਂਗੇ ਜੇ ਹੋਰ ਵੇਚਣੀਆਂ ਨੇ ਤਾਂ। ਹਾਂਜੀ ਹਾਂਜੀ ਆਪਾਂ ਇਹ ਕਰ ਲੈਂਦੇ, ਜੇ ਅਗਰ ਤੁਸੀਂ ਮਾਲਕ ਨਾਲ ਰਾਬਤਾ ਕਰਨੇ, ਜੇ ਕੋਈ ਹੋਰ ਦੋ 4 ਗਾਵਾਂ ਸੇਲ ਹੈ ਤਾਂ ਦੋਨੋਂ ਅਸੀਂ ਸ਼ਾਮ ਤੱਕ ਕਲੀਅਰ ਕਰਾ ਦਿੰਦੇ ਉਹਨਾਂ ਨੂੰ। ਠੀਕ ਹੋ ਗਿਆ ਜੀ, ਚੁੱਪ ਗਈ? ਅੱਛਾ ਲਾਈਟ ਚਲੀ ਗਈ ਅਤੇ ਮਸ਼ੀਨ ਆਪੇ ਡਿੱਗ ਪਈ? ਇਹਦੀ ਜੀ ਲਾਈਟ ਚਲੀ ਗਈ ਹੈ, ਅਤੇ ਇਹ ਹੁਣ ਕੋਈ ਸ਼ਾਇਦ ਚਲਾਓਗੇ ਜਾਂ ਮੈਂ ਕਹਿੰਦਾ ਜਿਹੜੀ ਰਹਿ ਗਈ ਹੱਥ 'ਚ ਉਹ ਲਓ। ਠੀਕ ਹੋ ਗਿਆ ਜੀ, ਇਹ ਜਨਾਬ ਲਾਈਟ ਚਲੀ ਗਈ ਜਿਹਦੇ ਨਾਲ ਜਨਾਬ ਮਸ਼ੀਨ ਥੱਲੇ ਡਿੱਗ ਪਈ, ਅਤੇ ਬਾਕੀ ਜਿਹੜਾ ਦੁੱਧ ਹੈ ਜਨਾਬ ਉਹ ਅਸੀਂ ਉਹ ਕਹਿੰਦੇ ਨੇ ਵੀ ਤੁਹਾਨੂੰ ਚੋ ਕੇ ਵਿਖਾ ਦਿੰਦੇ ਜਨਾਬ ਹੱਥ 'ਤੇ, ਕੋਈ ਇਹਦੇ ਵਿੱਚ ਅੜਾਮੇ ਵਾਲੀ ਗੱਲ ਨਹੀਂ ਹੈ। ਅਤੇ ਮਜ਼ੀਦ ਮੈਂ ਉਹਨਾਂ ਨੂੰ ਪੁੱਛਿਆ ਕਿ ਹੋਰ ਵੀ ਕੋਈ ਗਾਵਾਂ ਜਨਾਬ ਹੈ ਤਾਂ ਸਾਨੂੰ ਦੱਸੋ ਚੰਗੀਆਂ, ਉਹ ਕਹਿੰਦੇ ਨੇ ਜੀ ਸੁਪਰਵਾਈਜ਼ਰ ਨਾਲ ਗੱਲ ਕਰਾਂਗੇ ਅਤੇ ਤੁਹਾਨੂੰ ਸ਼ਾਮ ਨੂੰ ਦੱਸਾਂਗੇ ਵੀ ਗਾਵਾਂ ਹੈਣ ਜਾਂ ਸਾਡੇ ਕੋਲ ਨਹੀਂ। ਉਹ ਕਹਿੰਦੇ ਨੇ ਅਦਲਾ ਬਦਲੀ ਅਸੀਂ ਕਰਦੇ ਰਹਿੰਦੇ ਹਾਂ। ਨਾ
ਠੀਕ ਹੋ ਗਿਆ। ਇਹ ਜਨਾਬ ਲਾਈਟ ਚਲੀ ਗਈ ਸੀ ਅਤੇ ਲਾਈਟ ਜਾਣ ਨਾਲ ਮਸ਼ੀਨ ਦੇ ਜਿਹੜੇ ਪੈਪ ਨੇ ਉਹ ਥੱਲੇ ਡਿੱਗੇ ਅਤੇ ਬਾਕੀ ਦੀ ਗਾਂ ਜਨਾਬ ਜਿਹੜੀ ਉਹ ਹੱਥ 'ਤੇ ਜਨਾਬ ਚਵਾ ਲੈਂਦੇ ਹਾਂ। ਉਹਨਾਂ ਕਿਹਾ ਜੀ ਅਸੀਂ ਹੱਥ 'ਚੋ ਦਿੰਦੇ ਹਾਂ ਜਿਹੜਾ ਦੁੱਧ ਰਹਿ ਗਿਆ ਇਹਦੇ ਵਿੱਚ ਅਤੇ ਗਾਂ ਸੀਲ ਸਾਹੂ ਹੈ ਜਨਾਬ ਅੱਗੇ ਉਹ ਕਹਿੰਦੇ ਨੇ ਵੰਡਾ ਪਾ ਦਿਓ ਜੋ ਮਰਜ਼ੀ ਪਾ ਦਿਓ ਗਾਂ ਖਲੋ ਰਹਿੰਦੀ ਹੈ ਥਣ ਧੋਵੋਗੇ ਤਾਂ ਗਾਂ ਪਸਮ ਪੈ ਗਈ ਅਤੇ ਗਾਂ ਤੁਸੀਂ ਜਨਾਬ ਚੋ ਸਕਦੇ ਜੇ ਅਤੇ 2,40,000 ਰੁਪਈਆ ਜਨਾਬ ਵਿੱਚ ਪਿਆਰ ਮੁਹੱਬਤ ਵੀ ਹੈ। ਇਹਦੀ ਮਾਂ ਵੇਚਤੀ ਇੱਥੇ ਹੀ ਸੀ। ਕਿੰਨਾ ਕਰਦੀ ਸੀ ਮਾਂ? 25 ਤੋਂ 26 ਲੀਟਰ ਤਿੰਨ ਟਾਈਮ ਦਾ ਜੀ। ਤਿੰਨ ਟਾਈਮ 'ਚ ਆਉਂਦੇ ਸੋ? ਹਾਂਜੀ ਤਿੰਨ ਟਾਈਮ 25 ਤੋਂ 26 ਲੀਟਰ ਦਿੰਦੀ ਸੀ ਤਿੰਨਾਂ ਟਾਈਮਾਂ 'ਚ। ਠੀਕ ਹੋ ਗਿਆ ਜੀ। ਅਤੇ ਉਹ ਵੇਚੀ ਕਿਉਂ ਜੇ? 8 ਘੰਟੇ ਬਾਅਦ ਅਸੀਂ ਉਹਨੂੰ ਚੋ ਲੈਂਦੇ ਸੀ 8 ਤੇ 24 25 26 ਇੰਨਾ ਉਹ ਕਰਦੀ ਰਹੀ ਹੈ। ਇਹ ਉਹਦੀ ਹੈ, ਬਹੁਤ ਅੱਛੀ ਹੈ। ਇਹ ਉਹਦੀ ਧੀ ਹੈ? ਹਾਂਜੀ ਇਹ ਉਹਦੀ ਧੀ। ਠੀਕ ਹੋ ਗਿਆ ਜੀ। ਮੁੜ ਤਾਂ ਇਹਦੀ ਮਾਂ ਦਾ ਰਿਕਾਰਡ ਚੰਗਾ ਦੱਸਿਆ ਤੁਸੀਂ। ਇਹ ਤੁਹਾਡੇ ਕੋਲ ਰਿਕਾਰਡ ਲਿਖੇ ਹੁੰਦੇ ਨੇ ਕਾਪੀਆਂ 'ਤੇ? ਇਹਦਾ ਰਿਕਾਰਡ ਹੈ? ਚੈੱਕ ਕਰਾ ਦਿਓਗੇ ਹੁਣੇ ਹੀ? ਠੀਕ ਹੈ ਜੀ, ਕਰਾ ਦਿਓ। ਇਹਦੇ 'ਚ ਇੰਪੋਰਟਡ ਵੀ ਉਹਨਾਂ ਰਖਾਇਆ ਜੀ, ਫਰੀਜ਼ਨ ਕਰਾਸ ਵੱਛੀ ਦਾ, ਅਤੇ ਇਹਨੂੰ 3 ਮਹੀਨੇ ਹੋਏ ਨੇ ਗੱਭੜ ਨੂੰ ਜਨਾਬ। ਮਾਂ ਇਹਦੀ ਦਾ ਰਿਕਾਰਡ ਮਾਲਕ ਤੋਂ ਤੁਹਾਨੂੰ ਪੁੱਛ ਦਿੱਤਾ, ਉਹ ਕਹਿੰਦਾ ਜੀ 3 ਟਾਈਮ 'ਚ ਆਉਂਦੇ ਸੀ ਅਸੀਂ ਅਤੇ 24 ਤੋਂ 25 ਲੀਟਰ ਦੁੱਧ 'ਚ ਆਉਂਦੇ ਸਾਂ ਇਹਦੀ ਮਾਂ ਦੇ ਹੇਠੋਂ। ਇਹ ਜਨਾਬ ਜਿਹੜੀ ਇਹ ਹੁਣ ਇਸ ਟਾਈਮ ਹਾਜ਼ਰ ਮੌਕੇ ਕਰਦੀ ਪਈ ਇਹ ਦੁੱਧ। ਇਹ ਕਿੰਨਾ ਦੱਸਿਆ ਜੀ ਤੁਸੀਂ? 16 ਤੋਂ ਲੈ ਕੇ 17 ਲੀਟਰ ਯਾਨੀ ਕਿ ਦੁੱਧ ਦੇਂਦੇ ਹੇਠ ਜਨਾਬ। ਅਤੇ ਇਹ ਮਿਣਿਆ ਹੀ ਪਤਾ ਲੱਗਦਾ ਇਸ ਤਰ੍ਹਾਂ ਤੋਂ। ਕਹਿੰਦੇ ਨੇ ਅਸੀਂ ਸਾਰੀਆਂ ਮਸ਼ੀਨਾਂ 'ਚ ਲਾ ਦਿੰਦੇ ਹਾਂ ਅਤੇ ਇੱਕ ਇੱਕ ਪੈਪ ਲਾ ਦਿੰਦੇ ਹਾਂ ਤਾਂ ਸਾਰਾ ਇਕੱਠਾ ਦੁੱਧ ਅਸੀਂ ਮਿਲਣੇ ਹਾਂ ਵੀ ਕਿੰਨਾ। ਅਤੇ ਉਹ ਜਿਹੜਾ ਬਾਹਰ ਗਿਆ ਦੁੱਧ ਉਵੇਂ ਉਰਾ ਲੈ ਕੇ ਆਵਣਾ, ਵਿੱਚ ਨਹੀਂ ਪਾਵਣਾ। ਇਹ ਆਪਣਾ ਦੁੱਧ ਇਹਦੇ 'ਚ ਚੋ ਲਿਆ ਜੀ। 3-4 ਮਿੰਟ ਐਵੇਂ ਮਸ਼ੀਨ ਲੱਗੀ ਹੈ ਅਤੇ ਬੱਤੀ ਚਲੀ ਗਈ ਉਹਨਾਂ ਦੀ, ਅਤੇ ਉਹ ਜਿਹੜਾ ਮਸ਼ੀਨ ਫਿਰ ਸਾਨੂੰ ਲਾਉਣੀ ਪੈ ਗਈ ਅਤੇ ਆ ਹੁਣ ਹੱਥ 'ਤੇ ਚੋ ਲਈ ਗਾਂ ਅਸੀਂ। ਇਹ ਪਾਓ ਜਾਂਦੇ ਵਿੱਚ ਮਈਰ ਦੇ, ਉਹ ਕਿੰਨਾ ਬਾਟ ਗਿਆ? ਉਹ ਵੀ ਆ 1.5-2 ਕਿਲੋ। Thank you.
ਇਹ 9 ਲੀਟਰ ਹੋ ਗਿਆ ਭਾਅ ਜੀ। ਇਹ ਪੂਰਾ 9 ਲੀਟਰ ਦੁੱਧ ਹੋ ਗਿਆ। ਇਹਨਾਂ ਦੀ ਕਾਪੀ ਲਿਆ ਹੋਇਆ ਗਾਂ ਦਾ ਰਿਕਾਰਡ ਵੇਖੀਏ। ਇਹ ਬੱਚੇ ਜਨਾਬ ਉਹ ਕਹਿੰਦੇ ਨੇ ਅਸੀਂ ਨਾਲੋਂ ਵੇਚ ਲੈਂਦੇ ਹੁੰਦੇ ਹਾਂ ਅਤੇ ਦੁੱਧ ਅਸੀਂ ਜਿਹੜਾ ਉਹ ਚੋਂਦੇ ਹਾਂ ਗਾਵਾਂ ਇੱਥੋਂ ਖਾਲੀ। ਅਤੇ ਇਹ 9 ਲੀਟਰ ਜਨਾਬ ਦੁੱਧ ਜਿਹੜਾ ਅਸੀਂ ਚੋ ਲਿਆ ਹੁੰਦੇ ਇੱਥੋਂ, ਅਤੇ ਇਹ ਤੁਹਾਨੂੰ ਰਿਕਾਰਡ ਵੀ ਵਿਖਾਉਂਦੇ ਹਾਂ ਜਨਾਬ ਇਹਦਾ। ਆਹ ਗਾਂ ਛੱਡ ਨਿਕਲਦੀ ਵੀ ਬਾਹਰ ਆਪਣਾ ਕੈਮਰਾਮੈਨ ਸਾਹਿਬ ਵਿਖਾਵਣੀ ਗਾਂ ਤਸੱਲੀ ਨਾਲ। ਆਹ ਗਾਂ ਦਾ ਨੰਬਰ ਕੀ ਲੱਗਿਆ ਜੀ ਕੰਨ 'ਤੇ? 102 ਨੰਬਰ ਗਾਂ, ਠੀਕ ਹੈ। ਇਹ ਹੁਣ ਗੱਭਣ ਹੈ 3 ਮਹੀਨਿਆਂ ਦੀ ਗਾਂ। ਇਹ ਵਿਖਾਓ ਜੀ, ਇਹ ਜਾ ਰਹੀ ਹੈ ਜੀ ਗਾਂ। ਅਤੇ ਆਹ 102 ਨੰਬਰ ਦਾ ਰਿਕਾਰਡ ਵੀ ਇੱਧਰ ਵਿਖਾਓ। ਰਿਕਾਰਡ ਬੜਾ ਬਰਾਏ ਮਨਸੂਈ ਨਸਲ ਕੰਪਨੀ ਰੱਖਿਆ ਨਾ ਆਪਾਂ, ਹਾਂਜੀ ਰੱਖਿਆ, ਹਾਂਜੀ ਉਹ ਰਿਕਾਰਡ ਹੈ। ਬਹਿ ਜਾਓ ਬਹਿ ਜਾਓ। ਉੱਤੇ ਨਾਂ ਵੀ ਲਿਖਿਆ ਨੇ ਫਰੀਜ ਨਾਂ, 102 ਨੰਬਰ, ਹਾਂਜੀ 102 ਨੰਬਰ ਹੈ। ਅਤੇ ਦੋ ਨੰਬਰ ਆ ਗਈ ਜਦੋਂ 20 ਰੱਖਿਆ ਰਿਕਾਰਡ ਹੈ, ਮਹੀਨੇ ਬਣਾ ਲਓ ਕਿੰਨੇ ਬਣ ਗਏ। ਅੱਛਾ ਇਹ ਗੱਭਣ ਦਾ ਰਿਕਾਰਡ ਹੈ, ਹਾਂਜੀ। ਅਤੇ ਇਹਦਾ ਦੁੱਧ ਨਹੀਂ ਲਿਖਦੇ ਤੁਸੀਂ ਰਿਕਾਰਡ? ਉਹ ਕੋਈ ਤੁਹਾਡੇ ਕੋਲ ਨਹੀਂ, ਉਹ ਰਿਕਾਰਡ ਸਾਡਾ ਲਿਖਦੇ ਤਾਂ ਰਹੇ ਸੀ ਮਾਲਕ, ਕਹਿੰਦਾ ਸੀ 8 ਦਿਨ ਬਾਅਦ ਇਹਨਾਂ ਦਾ ਦੁੱਧ ਚੋ ਅਤੇ ਪੂਰਾ ਕਰੋ, ਤਾਂ ਕਿ ਜਿਹੜੀ ਗਾਂ ਦੁੱਧ ਥੋੜ੍ਹਾ ਦਿੰਦੀ ਹੈ ਉਹ ਫਾਰਮ ਦਾ ਖਰਚਾ ਨਹੀਂ ਚਾਹੁੰਦੀ। ਆਪਾਂ 20 ਲੀਟਰ ਵਾਲੀ, 18 ਲੀਟਰ ਵਾਲੀ, 17 ਲੀਟਰ ਵਾਲੀ ਰੱਖਣੀ ਹੈ। ਅਤੇ ਇਹ ਜਿਹੜੀਆਂ ਗਾਵਾਂ ਖੜੀਆਂ ਨੇ ਇਹ ਸਾਰੀਆਂ 17-18 ਲੀਟਰ ਵਾਲੀਆਂ ਨੇ, ਕਿਉਂਕਿ ਜਿਨ੍ਹਾਂ ਦਾ ਦੁੱਧ ਹਲਕਾ ਸੀ ਉਹ ਅਸੀਂ ਪਹਿਲਾਂ ਸੇਲ ਕਰ ਲਈਆਂ ਸਨ। ਠੀਕ ਹੋ ਗਿਆ। ਅਤੇ ਇਹ ਯਾਨੀ ਕਿ 102 ਨੰਬਰ ਹੈ ਅਤੇ ਇਹ ਮਹੀਨਾ 9ਵਾਂ, ਹਾਂਜੀ। ਇਹ ਕਿਹੜੇ ਸਨ ਦਾ? 2019 ਤੋਂ ਕਿ 20 ਤੋਂ? 19 ਤੀ 19 ਤੋਂ ਨਹੀਂ 20 ਤੋਂ 9 ਤਰੀਕ ਪਹਿਲਾ ਮਹੀਨਾ ਅਤੇ 20। ਠੀਕ ਹੋ ਗਿਆ ਜੀ, ਇਹ ਯਾਨੀ ਕਿ ਰਿਕਾਰਡ ਗੱਭਣ ਦਾ। ਅਤੇ ਦੋਸਤੋ ਨੰਬਰ ਹੈ ਜਨਾਬ 0372-7792-0300 7928 ਜਨਾਬ, ਇਸ ਨੰਬਰ 'ਤੇ ਕਾਲ ਕਰਨੀ ਹੈ ਜਨਾਬ। ਇਹ ਗਾਂ ਜਨਾਬ ਜਿਹੜੀ ਰੋਕਾਂਗਾ ਅਤੇ ਮਿਲਾਂਗੇ ਜਨਾਬ ਅਗਲੀ ਵੀਡੀਓ ਦੇ ਵਿੱਚ। ਅੱਲਾ ਹਾਫਿਜ਼, ਪਾਕਿਸਤਾਨ ਜ਼ਿੰਦਾਬਾਦ।